ਗੁੱਡ ਈਵਨਿੰਗ एवरीवन ਇੱਕ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ ਪਹਿਲਾ ਤੇ ਇਹ ਵੀਡੀਓ ਉਹਨਾਂ ਲਈ ਹੈ ਜੀ ਜਿਨ੍ਹਾਂ ਨੇ ਮੈਥ ਮਾਸਟਰ ਕਾਟਰ ਦੀਆਂ ਪੋਸਟਾਂ ਲਈ ਅਪਲਾਈ ਕਰਨਾ ਹੈ ਜਿਹੜੇ ਹੁਣ ਰੀਸੈਂਟਲੀ ਪੋਸਟਾਂ ਕੱਲ ਨਿਕਲੀਆਂ ਉਹਦੇ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਚਾਹੇ ਉਹ ਮਾਸਟਰ ਕਾਟਰ ਦੀਆਂ ਪੋਸਟਾਂ ਹੋਣ ਉਹਨਾਂ ਲਈ ਇਹ ਵੀਡੀਓ 유ਸਫੁਲ ਹੈ ਜਾਂ ਜਿਹੜੇ ਲੈਕਚਰਰ ਕਾਟਰ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਲਈ ਇਹ ਵੀਡੀਓ 유ਸਫੁਲ ਹੈ ਜੀ ਠੀਕ ਹੈ ਜੀ ਇੱਛਨਰ ਕਾਡਰ ਦੇ ਜਿਹੜੇ ਵੀ ਪੋਸਟਾਂ ਨਿਕਲੀਆਂ ਉਹਦੇ ਲਈ ਵੀਡੀਓ 유ਸਫੁਲ ਹੈ ਤੇ ਜਿਨ੍ਹਾਂ ਨੇ ਨੈਟ ਵਗੈਰਾ ਦਾ ਪੇਪਰ ਦੇਣਾ ਹੈ ਮੈਥ ਦਾ ਉਹਨਾਂ ਲਈ ਵੀ ਇਹ ਵੀਡੀਓ 유ਸਫੁਲ ਹੈ ਮੈਥ ਨੈਟ ਦਾ ਪੇਪਰ ਦੇਣਾ ਉਹਨਾਂ ਲਈ ਵੀ ਇਹ ਵੀਡੀਓ ਬਹੁਤ 유ਸਫੁਲ ਹੈ ਠੀਕ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਪੇਪਰ ਹੋਣਾ ਤਾਂ ਨੈਚਰਲੀ ਤਿਆਰੀ ਵੀ ਕਰਨੀ ਹੈ ਹੁਣ ਤਿਆਰੀ ਦਾ ਇੰਨਾ ਟਾਈਮ ਤਾਂ ਹੈ ਨਹੀਂ ਤੁਸੀਂ ਡਿਟੇਲ ਦੇ ਵਿੱਚ ਜਾ ਕੇ ਇੱਕ ਇੱਕ ਬੁੱਕ ਸਟੱਡੀ ਕਰੋ ਤਾਂ ਉਹਦੇ ਲਈ ਕੁਝ ਨੋਟਸ ਮੇਰੇ ਵੱਲੋਂ ਬਣਾਏ ਗਏ ਨੇ ਤੇ ਮੇਰੇ ਅਕੋਰਡਿੰਗ ਤਾਂ ਦੈਟਸ ਨੋਟਸ ਇਜ਼ ਬੈਸਟ ਇਸ ਤੋਂ ਉੱਪਰ ਨੋਟਸ ਨਹੀਂ ਹੈ ਮੇਰੇ ਅਕੋਰਡਿੰਗ ਜੀ ਬਾਕੀ ਤੁਸੀਂ ਨੋਟਸ ਪੜ੍ਹੂਗੇ ਤੁਹਾਨੂੰ ਆਪ ਪਤਾ ਚੱਲੂਗਾ ਕਿ ਨੋਟਸ ਦੇ ਵਿੱਚ ਕੁਝ ਹੈ ਜੀ ਈਚ ਐਂਡ ਐਵਰੀ ਟਾਪਿਕ ਪਲੱਸ 1 ਪਲੱਸ 2 ਬੀ ਐਸ ਸੀ ਐਮ ਐਸ ਸੀ ਹਰ ਇੱਕ ਟਾਪਿਕ ਉਹਦੇ ਵਿੱਚ ਡਿਟੇਲ ਦੇ ਵਿੱਚ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਸਾਰੇ ਟਾਪਿਕ ਉਹਦੇ ਵਿੱਚ ਮਿਲਣਗੇ ਤੇ ਇਹ ਸਾਰੀ ਚੀਜ਼ਾਂ ਆਪਾਂ ਆਲਮੋਸਟ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ ਜੀ ਸਾਰਿਆਂ ਨੂੰ ਬਸ ਇਹਦੇ ਲਈ ਕੁਝ ਤੁਹਾਨੂੰ ਡੋਨੇਸ਼ਨ ਕਰਨਾ ਪੈਣਾ ਉਹ ਵੀ ਡੋਨੇਸ਼ਨ ਮੈਨੂੰ ਨਹੀਂ ਦੇਣਾ ਡੋਨੇਸ਼ਨ ਨਹੀਂ ਕੋਈ ਚਾਰਜ ਨਹੀਂ ਲੈਣੇ ਆਪਾਂ ਸਿਰਫ ਇੱਕ ਸਮਾਜ ਦੀ ਭਲਾਈ ਲਈ ਆਪਾਂ ਡੋਨੇਸ਼ਨ ਵਰਡ ਯੂਜ਼ ਕਰਦੇ ਪਏ ਆ ਕਿ ਕੁਝ ਚੀਜ਼ਾਂ ਤੁਸੀਂ ਆਪਾਂ ਨੂੰ ਪਤਾ ਆਪਣੀ ਸੁਸਾਇਟੀ ਚ ਕੁਝ ਵੀਕਰ ਸੈਕਸ਼ਨ ਹੈ ਜਿਨ੍ਹਾਂ ਨੂੰ ਹਜੇ ਵੀ ਬਹੁਤ ਜ਼ਿਆਦਾ ਮਿਹਨਤ ਉਹ ਡੋਨੇਸ਼ਨਸ ਦੀ ਲੋੜ ਹੈ ਕਿ ਉਹਨਾਂ ਦੇ ਅਲੱਗ-ਅਲੱਗ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਗਵਰਨਮੈਂਟ ਸਕੂਲ ਦੇ ਵਿੱਚ ਜ਼ਿਆਦਾਤਰ ਅੱਜਕੱਲ ਵਿਕਰ ਸੈਕਸ਼ਨ ਦੇ ਲੋਕ ਪੜ ਰਹੇ ਨੇ ਵਧੀਆ ਬੱਚੇ ਵੀ ਪੜਦੇ ਨੇ ਕੁਝ ਵਿਕਰ ਸੈਕਸ਼ਨ ਦੇ ਵੀ ਨੇ ਉਹਨਾਂ ਦੀ ਅਪਗ੍ਰੇਡ ਲਈ ਉਹਨਾਂ ਨੂੰ ਅਪਗ੍ਰੇਡ ਕਰਨ ਲਈ ਕੁਝ ਤਾਂ ਆਪਾਂ ਨੂੰ ਮਾਇਆ ਦੀ ਲੋੜ ਪੈਂਦੀ ਹੈ ਸਕੂਲ ਨੂੰ ਬਸ ਸਿਰਫ ਤੁਸੀਂ ਉਹੀ ਡੋਨੇਸ਼ਨ ਦੇਣੀ ਹੈ ਉਹਨਾਂ ਲਈ ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਅਕਾਊਂਟ ਦੇ ਵਿੱਚ ਪੈਸੇ ਪਾਓ ਆਪਾਂ ਮੈਂ ਤੁਹਾਨੂੰ ਸਕੂਲ ਦਾ ਅਕਾਊਂਟ ਦੇ ਰਿਹਾ ਜਿਹਦੇ ਵਿੱਚ ਤੁਸੀਂ ਡੋਨੇਸ਼ਨ ਦੇਣੀ ਹੈ ਤੇ ਇਹ ਡੋਨੇਸ਼ਨ ਮਿਨੀਮਮ ਡੋਨੇਸ਼ਨ ਐਨੀ ਰੱਖੀ ਹੋਈ ਹੈ ਜੀ 4 ਨੋਟਸ ਲਈ 1500 ਰੁਪਏ ਨੋਟਸ ਦੀ ਫੀਸ ਹੈ ਜੀ ਠੀਕ ਹੈ ਜੀ ਇਹ ਸਿਰਫ ਇਹ ਮੈਂ ਨਹੀਂ ਕਹਿ ਰਿਹਾ ਜਿੱਕੋ ਜੇ ਕੋਈ ਪਰਸਨ ਹੈ ਜਿਹੜਾ ਗਰੀਬ ਹੈ ਜਿਹੜਾ ਇਹ ਵੀ ਨਹੀਂ ਦੇ ਸਕਦਾ ਉਹ ਮੈਨੂੰ ਪਰਸਨਲੀ ਕੰਟੈਕਟ ਕਰ ਲਵੇ ਮੈਂ ਉਹਨੂੰ ਫ੍ਰੀ ਆਫ ਕਾਸਟ ਵੀ ਪ੍ਰੋਵਾਈਡਡ ਕਰਵਾ ਦੂੰਗਾ ਕੋਈ ਬੜੀ ਗੱਲ ਨਹੀਂ ਬਟ ਫਿਰ ਮੈਂ ਕਹਿ ਰਿਹਾ ਇਹ ਨੋਬਲ ਕਾਜ਼ ਲਈ ਪੈਸੇ ਦੋ ਉਹ ਕੋਈ ਨੁਕਸਾਨ ਨਹੀਂ ਹੈ ਤੁਸੀਂ ਐਡੇ ਐਡੇ ਤਗੜੇ ਤਗੜੇ ਕੋਚਿੰਗ ਸੈਂਟਰਸ ਨੂੰ ਇੰਨੇ ਇੰਨੇ ਤਗੜੀ ਫੀਸ ਦੇ ਰਹੇ ਹੋ ਕੋਈ 50000 ਮੰਗਦਾ ਪਿਆ ਕੋਈ 20000 ਮੰਗਦਾ ਪਿਆ ਕੋਈ 30000 ਮੰਗਦਾ ਪਿਆ ਇਹ ਮੇਰੀ ਗਾਰੰਟੀ ਹੈ ਇੱਕ ਹੀ ਕੁਸ਼ਣ ਉਹਦੇ ਵਿੱਚੋਂ ਮਿਲੂਗਾ ਠੀਕ ਹੈ ਜੀ ਤੇ 1500 ਰੁਪਏ ਫੀਸ ਕੋਈ ਜ਼ਿਆਦਾ ਨਹੀਂ ਉਹ ਵੀ ਫੀਸ ਨਹੀਂ ਹੈ ਤੁਸੀਂ ਡੋਨੇਟ ਕਰਦੇ ਪਿਓ ਸਕੂਲ ਨੂੰ ਠੀਕ ਹੈ ਜੀ ਤੇ ਮੈਂ ਆਸ਼ ਕਰਦਾ ਜੀ ਤੁਸੀਂ ਜੇ ਤੁਸੀਂ ਉਹ ਮਟੀਰੀਅਲ ਚਾਹੁੰਦੇ ਹੋ ਤਾਂ ਸਿਰਫ ਆ ਦੇਖੋ ਜੀ ਦੋਨੋਂ ਇੱਕ ਐਡਰੈਸ ਨੀਚੇ ਸ਼ੋਅ ਕਰਦਾ ਪਿਆ ਇਹਦਾ ਨਾਮ ਹੈਗਾ ਉਹ ਅਕਾਊਂਟ ਨੰਬਰ ਹੈ ਉਹ ਹੈ ਜਿਹੜਾ ਅਕਾਊਂਟ ਨੰਬਰ ਦਾ ਨਾਮ ਹੈ ਜੀ ਉਹ ਹੈ ਸਕੂਲ ਵੈਲਫੇਅਰ ਫੰਡ ਤੇ ਸਕੂਲ ਦਾ ਨਾਮ ਹੈ ਗਵਰਨਮੈਂਟ ਹਾਈ ਸਕੂਲ ਚੀਮਾ ਤੇ ਅਕਾਊਂਟ ਨੰਬਰ ਆ ਦਿੱਤਾ ਹੋਇਆ ਜੀ ਠੀਕ ਹੈ ਜੀ ਇਹਨੂੰ ਸਾਰੇ ਜਣੇ ਨੋਟ ਕਰ ਲਓ ਤੇ ਆ ਉਹਦਾ ਆਈਐਫਐਸਸੀ ਕੋਡ ਹੈ ਤੇ ਨੋਟਸ ਬਹੁਤ ਵਧੀਆ ਨੇ ਜੀ ਤੁਹਾਨੂੰ ਪੀਡੀਐਫ ਫਾਈਲ ਪ੍ਰੋਵਾਈਡ ਕਰੂਗੇ ਘਟੋ ਘਟ 8 ਜਾਂ 9 ਬੁਕਸ ਨੇ ਜੇ ਜਿਆਦਾ ਜਾਣੇ ਹੋ ਵੈਸੇ 11 ਬੁక్స్ ਨੇ ਤੁਹਾਨੂੰ ਮਟੀਰੀਅਲ 8 ਕਾਪੀਜ਼ ਆਈ ਬਹੁਤ ਹੈ ਜੀ ਬਹੁਤ ਜ਼ਿਆਦਾ ਤੇ ਮੈਂ ਆਪਣੀ ਖੁਦ ਹੀ ਉਹ ਵढਾਈ ਨਹੀਂ ਕਰਨਾ ਚਾਹੁੰਦਾ ਨੋਟਸ ਦੈਟ ਇਜ਼ ਦੀ ਬੈਸਟ ਤੇ ਉਸੇ ਨੋਟਸ ਦੇ ਬਿਹਾਫ ਤੇ ਕਿਸੇ ਪਰਸਨ ਨੇ ਜਾਂ ਮੈਂ ਕਹ ਲਉ ਜਾਂ ਕਿਸੇ ਪਰਸਨ ਨੇ ਨੈਟ ਵੀ ਕੁਆਲੀਫਾਈ ਕੀਤਾ ਹੋਇਆ ਉਹਦੇ ਨਾਲ ਹੀ ਗੇਟ ਵੀ ਕੁਆਲੀਫਾਈਡ ਕੀਤਾ ਹੋਇਆ ਤੇ ਲੈਕਚਰਰ ਦਾ ਜਿਹੜਾ ਪੇਪਰ ਹੋਇਆ ਸੀਗਾ 2016 ਦੇ ਵਿੱਚ ਉੱਚ ਵੀ ਟਾਪ ਰੈਂਕਰ ਸੀਗਾ ਟਾਪ ਰੈਂਕਰ ਮੀਨਸ ਪਹਿਲੇ 5 ਦੇ ਵਿੱਚ ਸੀਗਾ ਤੇ ਰੀਸੈਂਟਲੀ ਅਸਿਸਟੈਂਟ ਪ੍ਰੋਫੈਸਰ ਮੈਥਸ ਦੀ ਪੋਸਟ ਹੋਈਆਂ ਉਹਦੇ ਵਿੱਚ ਵੀ ਟਾਪ ਰੈਂਕਰਸ ਦੇ ਵਿੱਚ ਐ ਉਹ ਨੋਟਸ ਨਾਲੀ ਬਹੁਤ ਕੁਛ ਹੈ ਜੀ ਉਹ ਨੋਟਸ ਦੇ ਵਿੱਚ ਮੇਰੇ ਅਕੋਰਡਿੰਗ ਥੈਟ ਇਜ਼ ਦੀ ਬੈਸਟ ਕਿ ਮੈਂ ਨਹੀਂ ਕਹਿੰਦਾ ਤੁਸੀਂ ਕੋਚਿੰਗ ਲੋ ਕੋਚਿੰਗ ਨਾਲੋਂ ਕੋਚਿੰਗ ਉਹਨਾਂ ਲਈ ਹੁੰਦੀ ਹੈ ਜਿਹੜੇ ਬੰਦਿਆਂ ਨੇ ਕਹਿ ਲਓ ਹੁਣ ਦੇਖੋ ਤੁਸੀਂ ਆਫਟਰ 올 ਆ ਸਾਰੇ ਜਿਹਨੇ ਐਮ ਐਸ ਸੀ ਮੈਥਸ ਹੋਂ ਐਮ ਐਸ ਸੀ ਮੈਥਸ ਐਮ ਐਸ ਸੀ ਮੀਨਸ ਮਾਸਟਰਸ ਹੋਂ ਮੁੰਜੇ ਮਾਸਸਰ ਹੋ ਵੀਰਵੀ ਕੋਚਿੰਗ ਰਹੇ ਨੇ ਉਹ दैट इज नॉट ਗੁੱਡ ਚਲੋ ਬਾਕੀ ਤੁਹਾਡੀ ਆਪਣੀ ਚੋਇਸ ਹੈ ਕੋਚਿੰਗ ਲੋ ਜੇ ਟਾਈਮ ਨਹੀਂ ਹੈ ਕੋਚਿੰਗ ਲੋ ਬਟ ਜੇ ਉਹ ਮਟੀਰੀਅਲ ਪੜਨੋਂ ਤਾਂ ਕੋਚਿੰਗ ਤੋਂ ਉੱਪਰ ਹੈ ਜੀ ਉਹ ਮਟੀਰੀਅਲ ਕੋਚ ਨੋਟਸ ਕਿਉਂ ਪੜਨੋਂ ਕਹਿ ਰਹੇ ਮੈਂ ਸਿਰਫ ਇਹ ਚ ਨੋਟਸ ਦੇ ਵਿੱਚ ਸਿਲੈਕਟਡ ਪੋਰਸ਼ਨ ਕਵਰ ਕੀਤਾ ਹੈ ਹੁਣ ਇਸ ਟਾਈਮ ਇੰਨਾ ਟਾਈਮ ਨਹੀਂ ਤੁਸੀਂ ਈਚ ਐਂਡ ਐਵਰੀ ਬੁੱਕ ਦਾ ਇੱਕ ਇੱਕ ਕਨਸੈਪਟ ਪੜੋ ਉਹ ਨੋਟਸ ਦੇ ਵਿੱਚ ਸਾਰਾ ਕੁਝ ਕਵਰ ਹੈ ਜੀ ਠੀਕ ਹੈ ਜੀ ਮੇਰੇ ਖਿਆਲ ਨਾਲ 1500 ਰੁਪਿਆ ਫੀਸ ਫੀਸ ਵੀ ਨਹੀਂ ਹੈ ਉਹ ਡੋਨੇਸ਼ਨ ਹੈ ਕੋਈ ਜ਼ਿਆਦਾ ਨਹੀਂ ਹੈ ਜੀ ਬਾਕੀ ਤੁਹਾਡੀ ਆਪਣੀ ਇੱਛਾ ਜੇ ਕੋਈ ਫਿਰ ਵੀ ਇਹ ਚਾਰजेस ਨਹੀਂ ਦੇਣਾ ਚਾਹੁੰਦਾ ਹੋਵੇ ਤਦ ਮੈਨੂੰ ਪਰਸਨਲੀ ਮੈਸੇਜ ਕਰੋ ਕਿ ਹਾਂਜੀ ਸਰ ਮੈਂ ਇਸ ਵੀਕਰ ਸੈਕਸ਼ਨ ਤੋਂ ਬਿਲੋਂਗ ਕਰਦਾ ਮੈਂ ਨਹੀਂ ਚਾਰजेस ਦੇ ਸਕਦਾ ਆਪਾਂ ਉਹਦੇ ਲਈ ਕੁਝ ਹੋਰ ਆਲਟਰਨੇਟਿਵ ਕਰਾਂਗੇ ਠੀਕ ਹੈ ਜੀ ਚਲੋ ਬਸ ਇੰਨਾ ਹੀ ਸੀਗਾ ਇਸ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਨੂੰ ਇਹਦਾ ਬੈਨੀਫਿਟ ਹੋ ਸਕੇ ਨਾਲ ਦੇ ਨਾਲ ਸਕੂਲ ਦੇ ਸਟੂਡੈਂਟਸ ਨੂੰ ਵੀ ਇਸ ਦਾ ਬੈਨੀਫਿਟ ਹੋ ਸਕੇ ਠੀਕ ਹੈ ਜੀ ਚਲੋ ਥੈਂਕ ਯੂ ਜੀ ਹੈਵ ਅ ਨਾਈਸ ਡੇ